ਸਤਿ ਸ਼੍ਰੀ ਅਕਾਲ ਜੀ, ਮੈਂ ਦਿਲਜੀਤ ਦੋਸਾਂਝ, ਤੁਸੀਂ ਦੇਖ ਰਹੇ ਹੋ ਮਾਈ ਨੈਕਸਟ ਟਸ਼ਨ। ਮੈਂ ਕਰਾਂਗਾ ਤੁਹਾਡੇ ਨਾਲ ਦਿਲ ਦੀਆਂ ਗੱਲਾਂ, ਆਉਣ ਦਿਓ ਸਵਾਲ। ਮੈਨੂੰ ਬਹੁਤ ਚੰਗਾ ਲੱਗਿਆ ਜੀ, ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਕੋਈ ਵੀ ਸਪੋਰਟ ਜਿਹੜੀ ਫਿਲਮ ਬਣਦੀ ਉਹ 'ਚ ਮੈਂ ਕੰਮ ਕਰ ਸਕਦਾ, ਕਿਉਂਕਿ ਮੈਂ ਗਾਉਣ ਵਾਲਾ ਅਤੇ ਹੋਕੀ ਤਾਂ ਮੈਂ ਕਦੇ ਨਹੀਂ ਸੀ ਖੇਡੀ, ਪਰ ਲੱਕੀਲੀ ਹੁਣ ਫਿਲਮ 'ਚ ਮੈਨੂੰ ਹੋਕੀ ਖੇਡਣ ਨੂੰ ਮਿਲੀ ਹੈ, ਮੈਨੂੰ ਬਹੁਤ ਚੰਗਾ ਲੱਗਾ। ਅਤੇ ਹੋਕੀ ਤਾਂ ਸਾਡੇ ਪੰਜਾਬ 'ਚ ਇੰਨੇ ਚਾਅ ਨਾਲ ਇੰਨੇ ਪਿਆਰ ਨਾਲ ਖੇਡੀ ਜਾਂਦੀ ਹੈ, ਸਾਰੇ ਸਪੋਰਟ ਕਰੇ। ਬਹੁਤ ਹੀ ਅੱਛੀ ਜਰਨੀ ਰਹੀ ਹੈ ਇਹ ਫਿਲਮ ਬਣਾਉਣ ਦੀ ਹਮਾਰੀ, ਔਰ ਦਿਲਜੀਤ ਕੇ ਸਾਥ ਕੰਮ ਕਰਨੇ ਕਾ ਬਹੁਤ ਨਯਾ ਐਕਸਪੀਰੀਅੰਸ ਰਹਾ ਹੈ। ਬਹੁਤ ਨਏ ਬ੍ਰਾਂਡ ਕਾ ਐਕਟਰ ਹੈ ਦਿਲਜੀਤ, ਔਰ ਬਹੁਤ ਓਨੈਸਟ ਪਰਫਾਰਮੈਂਸ ਵੀ ਹੈ। ਮੁਝੇ ਤੋਂ ਲੱਗਤਾ ਹੈ ਕਿ ਫਿਲਮ ਮੇਂ ਕਹੀਂ ਆਪਕੋ ਲਗੇਗਾ ਨਹੀਂ ਕਿ ਐਕਟਿੰਗ ਹੋ ਰਹੀ ਹੈ, ਪੂਰੀ ਫਿਲਮ ਕਾ ਮਾਹੌਲ ਥੋੜ੍ਹਾ ਰੀਅਲ ਰੱਖਾ ਹੈ ਹਮ ਲੋਗੋਂ ਨੇ, ਔਰ ਇਮੋਸ਼ਨਲ ਹੈ, ਔਰ ਜਰਨੀ ਵੀ ਇਮੋਸ਼ਨਲ ਰਹੀ ਹੈ। ਹਮ ਲੋਕ ਕਾਫੀ ਤੇਜ਼ੀ ਕੇ ਸਾਥ ਬਹੁਤ ਫਾਸਟ ਸਪੀਡ ਕੇ ਸਾਥ ਕਾਮ ਕੀਆ ਹੈ, ਔਰ ਬਹੁਤ ਟਫ ਕੰਡੀਸ਼ਨਸ ਮੇਂ ਕਾਮ ਕੀਆ ਥਾ, ਤੋ ਇਸ ਤਰ੍ਹਾਂ ਸੇ ਯੂਨਿਟ ਕਾਫੀ ਸਾਥ ਮੇਂ ਰਹਿ ਕੇ ਚਲੀ ਹੈ ਇਸ ਫਿਲਮ ਕੇ। ਫਿਲਮ 'ਚ ਇਸ਼ਕ ਦੀ ਬਾਜ਼ੀਆਂ ਅਤੇ ਫਿਲਮ ਦਾ ਜਿਹੜਾ ਟਾਈਟਲ ਟਰੈਕ ਆ ਉਹ ਮੇਰਾ ਫੇਵਰੇਟ ਟਰੈਕ ਆ, ਮੈਨੂੰ ਵਧੀਆ ਲੱਗਦਾ। ਅਤੇ ਸ਼ੰਕਰ ਸਾਹਿਬ ਨੇ ਮਿਊਜ਼ਿਕ ਦਿੱਤਾ, ਸ਼ੰਕਰ ਸ਼ਾਨ ਲਾਏ, ਔਰ ਗੁਲਜ਼ਾਰ ਸਾਹਿਬ ਦੇ ਲਿਰਿਕਸ ਹੈ, ਬਹੁਤ ਹੀ ਪਿਆਰੇ ਹੈ। ਮੈਨੂੰ ਗਾਉਣ ਦਾ ਮੌਕਾ ਮੈਨੂੰ ਵੀ ਮਿਲਿਆ ਇਸ਼ਕ ਦੀ ਬਾਜ਼ੀਆਂ, ਮੈਨੂੰ ਬਹੁਤ ਚੰਗਾ ਲੱਗਿਆ। ਇਸ ਫਿਲਮ ਦਾ ਮਿਊਜ਼ਿਕ ਬਹੁਤ ਇੰਟਰਸਟਿੰਗ ਇਸ ਲਈ ਰਹਾ ਕਿਉਂਕਿ ਸਪੋਰਟਸ ਫਿਲਮ ਹੈ, ਸਾਥ ਮੇਂ ਉਸਕੇ ਇੱਕ ਲਵ ਸਟੋਰੀ ਵੀ ਹੈ, ਤੋ ਦੋਨੋਂ ਕੋ ਬੈਲੈਂਸ ਕਰਕੇ ਸਾਥ ਮੇਂ ਚੱਲਣਾ, ਪਲੱਸ ਕਿਉਂਕਿ ਮਾਹੌਲ ਪੰਜਾਬ ਕਾ ਹੈ ਫਿਲਮ ਮੇਂ, ਬਟ ਯੇਟ ਹਮ ਪੂਰੀ ਤਰ੍ਹਾਂ ਸੇ ਪੰਜਾਬੀ ਵੀ ਨਹੀਂ ਰੱਖੇ ਹਮਨੇ ਲਿਰਿਕਸ, ਬਟ ਉਸਕਾ ਇੱਕ ਪੰਜਾਬੀਅਤ ਹੈ ਮਿਊਜ਼ਿਕ ਮੇਂ, ਜੋ ਬਹੁਤ ਇੰਟਰਸਟਿੰਗ ਰਹੀ ਹੈ। ਤੋ ਵੋ ਜਬ ਆਪਕੇ ਪਾਸ ਐਕਸਪੀਰੀਅੰਸ ਹਾਥ ਜਬ ਗੁਲਜ਼ਾਰ ਸਾਹਿਬ ਕਾ ਹੋ, ਤੋ ਇਹ ਸਭ ਚੀਜ਼ ਆਸਾਨੀ ਸੇ ਹੋ ਜਾਂਦੀ ਹੈ, ਔਰ ਉਹਨਾਂ ਨੇ ਮੇਰਾ ਜੋਬ ਈਜ਼ੀ ਕਰ ਦਿਆ। ਐਕਚੁਲੀ ਉਹ ਸਭ ਸੇ ਆਸਾਨ ਕਾਸਟਿੰਗ ਫਿਲਮ ਕੀ ਹੋਈ ਸੀ, ਕਿਉਂਕਿ ਕੋਈ ਡਾਊਟ ਨਹੀਂ ਥਾ, ਔਰ ਕੋਈ ਕਨਫਿਊਜ਼ਨ ਨਹੀਂ ਥਾ। ਤੋ ਕਭੀ ਕਭੀ ਆਪਕੇ ਪਾਸ ਜਬ ਬੁਫੇ ਲਗਾ ਹੋਤਾ ਹੈ ਤੋ ਆਪ ਪਰੇਸ਼ਾਨ ਹੋ ਜਾਤੇ ਕਿ ਮੈਂ ਕਿਆ ਖਾਊਂ, ਸਾਹਮਣੇ ਜਬ ਸਿਰਫ ਬਟਰ ਚਿਕਨ ਹੋ ਤੋ ਫਿਰ ਉਸਕੋ ਫੋਕਸ ਰਹਿਤਾ ਹੈ, ਤੋ ਯਹੀ ਲੈਣਾ ਹੈ ਮੈਂ ਬਟਰ ਚਿਕਨ। ਨਹੀਂ, ਮੈਨੇ ਕੋਈ ਐਸੀ ਜੋਬ ਨਹੀਂ ਕੀ ਹੈ, ਸੋਚਾ ਥਾ ਕਿ ਜੇ ਕੰਮ ਨਾ ਬਣਿਆ ਤਾਂ ਮੇਰਾ ਇੱਕ ਫਰੈਂਡ ਸੀ, ਉਹਨਾਂ ਦੀ ਫੈਕਟਰੀ ਸੀਗੀ, ਅਤੇ ਮੈਂ ਸੋਚਿਆ ਸੀ ਜੇ ਨਾ ਕੰਮ ਬਣਿਆ ਤਾਂ ਫੈਕਟਰੀ 'ਚ ਕੰਮ ਕਰ ਲਊਗਾ, ਕਮ ਸੇ ਕਮ 4-5 ਹਜ਼ਾਰ ਰੁਪਏ ਮਹੀਨਾ ਜਿਹੜਾ ਘਰ ਆਉਂਦਾ ਰਹੂਗਾ। ਅਤੇ ਕਿਉਂਕਿ ਮੇਰੀ ਮੰਮੀ ਨੂੰ ਸਭ ਤੋਂ ਵੱਧ ਫਿਕਰ ਇਹੀ ਸੀ ਕਿ ਮੈਂ ਜੇ ਕੰਮ 'ਤੇ ਨਾ ਲੱਗਾ ਵਿਹਲਾ ਰਹਿ ਗਿਆ ਫਿਰ ਕੰਮ 'ਤੇ ਕੰਮ ਖਰਾਬ। ਸੋ ਮੈਂ ਸੋਚਿਆ ਸੀ, ਮੇਰੇ ਕੋਲ ਇੱਕ ਆਪਸ਼ਨ ਸੀ ਕਿ ਜੇ ਗੱਲ ਨਾ ਬਣੀ ਤਾਂ ਮੈਂ ਫੈਕਟਰੀ 'ਚ ਕੰਮ ਕਰ ਲੂੰਗਾ, ਪਰ ਮੈਂ ਹੁਣ ਸੋਚਦਾ ਫੈਕਟਰੀ 'ਚ ਕੰਮ ਹੀ ਨਹੀਂ ਸੀ ਹੋਣਾ ਮੇਰੇ ਤੋਂ, ਮੈਂ ਸੋਚਿਆ ਜ਼ਰੂਰ ਸੀ, ਪਰ ਮਹਾਰਾਜ ਦਾ ਚਲੋ ਸ਼ੁਕਰ ਹੈ। ਪਰ ਜਿਹੜੇ ਇੱਦਾਂ ਫੈਕਟਰੀ 'ਚ ਰੋਡਸ 'ਤੇ ਜਾਂ ਜਿਹੜੇ ਸਾਡੇ ਆਪਣੇ ਭੈਣ ਭਰਾ ਕੰਮ ਕਰਦੇ ਆ, ਬਹੁਤ ਟਫ ਜੋਬ ਹੈ। ਜੇ ਅਸੀਂ ਕਹੀਏ ਬਈ ਮੈਂ ਬਹੁਤ ਮਿਹਨਤ ਕੀਤੀ ਫਿਲਮ ਦੇ ਲਈ, ਮੈਂ ਹੋਕੀ ਸਿੱਖੀ, ਮੈਂ ਆਹ ਕੀਤਾ, ਮੈਂ ਜੋ ਕੀਤਾ, ਇਹ ਤਾਂ ਬਸ ਕਹਿਣ ਦੀਆਂ ਅਤੇ ਬਕਵਾਸ ਗੱਲਾਂ, ਇਹ ਤਾਂ ਮੇਰੇ ਸਾਡਾ ਕੰਮ ਹੈ। ਜਿਹੜੇ ਐਕਚੁਲੀ ਮਿਹਨਤ ਕਰਦੇ ਆ ਮਜ਼ਦੂਰ, ਉਹਨਾਂ ਨੂੰ ਜੇ ਜਾ ਕੇ ਪੁੱਛਿਆ ਜਾਵੇ ਤਾਂ ਸਾਡੇ ਤੋਂ, ਜੇ ਸਾਨੂੰ ਉਸ ਜਗ੍ਹਾ 'ਤੇ ਭੇਜ ਦਿੱਤਾ ਜਾਵੇ ਤਾਂ ਸਾਡੇ ਤੋਂ ਹੋਣਾ ਨਹੀਂ। ਸੋ ਮੈਂ ਤਾਂ ਰਿਸਪੈਕਟ ਕਰਦਾ ਸਾਰਿਆਂ ਨੂੰ, ਅਤੇ ਬਹੁਤ ਬਹੁਤ ਪਿਆਰ ਸਾਰਿਆਂ ਨੂੰ, ਬਹੁਤ ਪਿਆਰ। ਬਹੁਤ ਅੱਛਾ ਲੱਗਾ, ਵਹਾਂ ਕੀ ਹਵਾ, ਪਾਣੀ, ਖਾਣਾ, ਲੋਕ, ਸਭੀ ਅੱਛਾ ਥਾ। ਤਾਪਸੀ ਜੀ ਲੈ ਜਾਣਗੇ ਸਾਨੂੰ, ਮੈਨੂੰ ਲੱਗਦਾ ਅਸੀਂ ਤਾਂ ਕੀ ਲੈ ਕੇ ਜਾਣਾ ਤਾਪਸੀ ਜੀ ਨੂੰ। ਬਾਕੀ ਪੂਰਾ ਪੰਜਾਬ ਹੀ ਘੁੰਮਣ ਵਾਲਾ ਜੀ, ਦਰਬਾਰ ਸਾਹਿਬ, ਅੰਮ੍ਰਿਤਸਰ ਸਭ ਤੋਂ ਪਹਿਲਾਂ ਉੱਥੇ ਦਰਸ਼ਨ ਕਰਨੇ ਚਾਹੀਦੇ ਆ, ਅਤੇ ਫਿਰ ਖਾਣ ਪੀਣ ਨੂੰ ਸਪੋਰਟਸ ਦਾ ਸਮਾਨ ਸਭ ਤੋਂ ਵੱਧ ਜਲੰਧਰ ਮਿਲਦਾ,
ਜੇ ਕਿਸੇ ਨੇ ਸਪੋਰਟਸ ਦਾ ਕੋਈ ਸਮਾਨ ਖਰੀਦਣਾ ਹੈ, ਹਾਕੀ, ਫੁੱਟਬਾਲ, ਬੈਟ ਜਿਹੜੇ ਖਰੀਦਣੇ ਆ ਉਹ ਜਲੰਧਰੋਂ ਮਿਲਦੇ ਆ ਜ਼ਿਆਦਾਤਰ, ਸਾਰੀਆਂ ਜਿਹੜੀਆਂ ਫੈਕਟਰੀਆਂ ਉਹ ਜਲੰਧਰ ਨੇ, ਅਤੇ ਪੁਲਿਸ ਦੀ ਭਰਤੀ ਵੀ ਉੱਥੇ ਹੁੰਦੀ ਹੈ, ਫਲੌਰ ਅਤੇ ਜਲੰਧਰ ਹੁੰਦੀ ਪੁਲਿਸ ਦੀ ਭਰਤੀ, ਇਨਕਮ ਟੈਕਸ ਜਿਹੜਾ ਮਹਿਕਮਾ ਉਹ ਵੀ ਉੱਥੇ ਹੀ ਹੈ, ਅਤੇ ਜਿੰਨੇ ਸਰਕਾਰੀ ਅਦਾਰੇ ਆ ਸਾਰੇ ਉੱਥੇ ਜਲੰਧਰ, ਸੋ ਜਲੰਧਰ ਵੀ ਬੜਾ ਪਿਆਰਾ ਸ਼ਹਿਰ ਹੈ, ਸੋ ਜਲੰਧਰ। ਬਾਕੀ ਲੁਧਿਆਣਾ, ਮੈਂ ਜਿੱਥੇ ਆਪ ਰਹਿੰਦਾ ਲੁਧਿਆਣੇ, ਲੁਧਿਆਣੇ ਖਾਣ ਪੀਣ ਨੂੰ ਖੁੱਲ੍ਹਾ, ਜਿਹੜੀ ਬਟਰ ਚਿਕਨ ਦੀ ਗੱਲ ਕੀਤੀ ਹੈ, ਮੈਨੂੰ ਲੱਗਦਾ ਲੁਧਿਆਣੇ ਸਭ ਤੋਂ ਵੱਧ ਮਸ਼ਹੂਰ ਹੈ ਬਟਰ ਚਿਕਨ, ਜਿਹੜਾ ਸਭ ਤੋਂ ਵੱਧ ਸਵਾਦ ਮਿਲਦਾ, ਰਾੜਾ ਚਿਕਨ, ਬਟਰ ਚਿਕਨ। ਫਿਲਮ ਹਿੱਟ ਹੋ ਗਈ ਤਾਂ ਅਸੀਂ ਵੀ ਖਾਵਾਂਗੇ ਜਾ ਕੇ ਜੀ, ਮਹਾਰਾਜ ਕਰਨ, ਹੈ ਨਾ, ਅਤੇ ਫਿਲਮ ਹਿੱਟ ਕਰਨ, ਬਾਕੀ ਖਾਣਾ ਪੀਣਾ ਤਾਂ ਸਾਡਾ ਗਲਤ ਹੈ। ਓਕੇ, ਅਤੇ ਉਦੋਂ ਬਾਅਦ ਬਠਿੰਡਾ, ਬਠਿੰਡਾ ਵੀ ਬਹੁਤ ਵਧੀਆ ਜਗ੍ਹਾ, ਮੈਂ ਪ੍ਰੋਗਰਾਮਾਂ ਦੇ ਦੌਰਾਨ ਜਦੋਂ ਮੇਰੇ ਸ਼ੋਅਜ਼ ਹੁੰਦੇ ਉਦੋਂ ਜਾਂਦਾ ਹੁੰਦਾ ਸੀ, ਹੁਣ ਗਿਆ ਨੂੰ ਟਾਈਮ ਹੋ ਗਿਆ, ਲੇਕਿਨ ਬਠਿੰਡੇ ਵੀ ਥਰਮਲ ਪਲਾਂਟ ਦੇਖਣ ਵਾਲਾ, ਉਹ ਵੀ ਦਿਖਾਵਾਂਗੇ ਸਾਰਿਆਂ ਨੂੰ, ਝੀਲਾਂ ਦੇ ਕੋਲ ਥਰਮਲ ਪਲਾਂਟ ਹੈ ਉੱਥੇ, ਅਤੇ ਉਹ ਬਹੁਤ ਵਧੀਆ ਦੇਖਣ ਵਾਲਾ ਬਠਿੰਡਾ। ਪੰਜਵਾਂ ਸ਼ਹਿਰ ਪਟਿਆਲਾ ਜੀ, ਪਟਿਆਲੇ 'ਚ ਪਟਿਆਲਾ ਕਹਿੰਦੇ, ਮਾਨ ਸਾਹਿਬ ਨੇ ਬਹੁਤ ਪਿਆਰੀ ਗੱਲ ਲਿਖੀ ਸੀ, ਪੱਗ ਪੈਗ ਅਤੇ ਪੰਗਾ ਤਿੰਨੋਂ ਜੱਟਾਂ ਦੇ ਕੋਲ ਚੰਗਾ, ਅਤੇ ਪਟਿਆਲੇ ਦੀ ਪੱਗ ਵੀ ਮਸ਼ਹੂਰ ਹੈ, ਅਤੇ ਪਟਿਆਲਾ ਸ਼ਾਹੀ ਪੱਗ ਬਹੁਤ ਮਸ਼ਹੂਰ ਹੈ, ਪਟਿਆਲੇ ਦਾ ਪੈਗ ਵੀ ਮਸ਼ਹੂਰ ਹੈ, ਅਤੇ ਪਟਿਆਲੇ ਜਿਹੜੇ ਪੰਜਾਬੀ ਜੁੱਤੀਆਂ, ਪੰਜਾਬੀ ਸੂਟ ਕੁੜੀਆਂ ਲਈ, ਉਹ ਵੀ ਬਹੁਤ ਮਸ਼ਹੂਰ ਹੈ, ਫੁਲਕਾਰੀਆਂ, ਸੋ ਬਹੁਤ ਜਗ੍ਹਾ ਜਿੱਥੇ ਮੈਂ ਲੈ ਕੇ ਜਾ ਸਕਦਾ, ਅਤੇ ਜੇ ਤੁਸੀਂ ਪੰਜ ਆਪਸ਼ਨ ਪੁੱਛੀ ਤਾਂ ਮੈਂ ਫਿਰ ਪੰਜ ਦੱਸਾਂਗਾ। ਮੈਨੇ 1984 ਦੇਖੀ ਹੈ, ਪੰਜਾਬ, ਬਹੁਤ ਅੱਛੀ ਫਿਲਮ ਹੈ, ਔਰ ਦਿਲਜੀਤ ਕਾ ਬਹੁਤ ਜ਼ਿਆਦਾ ਅੱਛਾ ਕਾਮ ਹੈ ਉਸਮੇ, ਔਰ ਡਾਇਰੈਕਟਰ ਕਾ ਵੀ ਬਹੁਤ ਅੱਛਾ ਕਾਮ ਹੈ, ਮੁਝੇ ਵੋ ਪਿਕਚਰ ਬਹੁਤ ਅੱਛੀ ਲੱਗੀ, ਉਸਕਾ ਮਿਊਜ਼ਿਕ ਬਹੁਤ ਅੱਛਾ ਹੈ, ਉਸਮੇ ਸੁਖਿੰਦਰ ਨੇ ਗਾਣਾ, ਹਾਂਜੀ ਹਾਂਜੀ, ਅਵਲ ਅੱਲਾ ਨੂਰ ਪਾਇਆ, ਬਹੁਤ ਅੱਛੇ ਸਭ, ਬਹੁਤ ਖੂਬਸੂਰਤ। ਵੈਰੀ ਐਨਰਜੈਟਿਕ, ਵੈਰੀ ਵੈਰੀ ਫਾਸਟ। ਕੱਲ੍ਹ ਵੀ ਮੈਂ ਕਿਸੇ ਸ਼ੋਅ ਪੇ ਗਿਆ ਤਾਂ ਤਬ ਵੀ ਇੱਕ ਵਹਾਂ ਜੋ ਕੋਰੀਓਗ੍ਰਾਫਰ ਥੇ ਭਾਅ ਜੀ, ਜੋ ਜੱਜ ਥੇ, ਉਹਨਾਂ ਨੇ ਵੀ ਕੰਮ ਕੀਆ ਸਰ ਕੇ ਸਾਥ, ਤੋ ਇਹ ਕੁਆਲਿਟੀ ਜੋ ਵੋ ਵੀ ਬੋਲ ਰਹੇ ਥੇ, ਮੁਝੇ ਵੀ ਲੱਗਤਾ ਹੈ ਕਿ ਵੈਰੀ ਫਾਸਟ, ਮਤਲਬ ਆਪ ਇੱਕ ਸ਼ਾਟ ਖਤਮ ਹੁਆ ਨਹੀਂ ਤੋ ਦੂਸਰਾ ਮਤਲਬ ਆਲਰੇਡੀ ਰੈਡੀ ਹੋ, ਆਪਕੋ ਸਪੀਡ ਪਕੜਨੀ ਪੜਤੀ ਹੈ ਉਨਕੇ ਸਾਥ ਕਾਮ ਕਰਨੇ ਕੇ ਲੀਏ। ਔਰ ਇੱਕ ਚੀਜ਼ ਜੋ ਜਿਨ੍ਹਾਂ ਨੇ ਮੇਰੀ ਫਸਟ ਐਲਬਮ ਕੀਤੀ, ਉਹਨਾਂ ਨੇ ਮੁਝੇ ਇੱਕ ਹੀ ਬਾਤ ਸਿਖਾਈ ਸੀ ਕਿ ਜਿਹੜਾ ਬਲਦ ਨੱਠਦਾ ਉਹਦੇ ਨਾਲ ਨੱਠਣਾ, ਜਿਹੜਾ ਤੁਹਾਨੂੰ ਪਿੱਛੇ ਨੂੰ ਖਿੱਚੂਗਾ ਉਹਦੇ ਨਾਲ ਨਹੀਂ ਨੱਠਣਾ, ਕਹਿਣੇ ਕਾ ਮਤਲਬ ਜੋ ਬਲਦ ਭਾਗਤਾ ਹੈ ਨਾ, ਆਪਕੋ ਉਸਕੇ ਸਾਥ ਸਾਥ ਭਾਗਨਾ ਹੈ ਤੋ ਉਹ ਆਪਕੋ ਭਗਾ ਕੇ ਲੈ ਜਾਏਗਾ, ਜੋ ਖੁਦ ਪਿੱਛੇ ਰਹਿ ਰਿਹਾ ਨਾ, ਜੋ ਖੁਦ ਪਿੱਛੇ ਲੇਜ਼ੀ ਔਰ ਬੈਠਣਾ ਚਾਹਤਾ, ਆਪ ਉਸਕੇ ਸਾਥ ਭਾਗੋਗੇ ਤੋ ਫਿਰ ਆਪ ਵੀ ਵੈਸੇ ਹੀ ਹੋ ਜਾਏਗਾ। ਸਰ ਕੀ ਜੋ ਸਪੀਡ ਹੈ ਉਸ ਸਪੀਡ ਕੋ ਆਪ ਅਗਰ ਮੈਚ ਕਰੋਗੇ ਤੋ ਮੈਨੂੰ ਲੱਗਤਾ ਬਹੁਤ ਮਜ਼ਾ ਆਤਾ ਹੈ, ਮੈਨੂੰ ਬਹੁਤ ਅੱਛਾ ਲੱਗਾ ਕੰਮ ਕਰਕੇ, ਔਰ ਬਹੁਤ ਮਜ਼ਾ ਆਇਆ, ਪਤਾ ਨਹੀਂ ਚਲਾ ਕਬ ਫਿਲਮ ਸ਼ੂਟ ਹੋ ਗਈ। ਨਾਈਨ ਐਕਸਟ੍ਰੈਸ਼ਨ ਵਾਲਿਓ, ਬਹੁਤ ਬਹੁਤ ਪਿਆਰ ਸਤਿਕਾਰ ਤੁਹਾਨੂੰ, ਹਾਕੀ 'ਤੇ ਬਣੀ ਫਿਲਮ, ਸੰਦੀਪ ਭਾਅ ਜੀ ਸਾਡੇ ਆਪਣੇ ਬੰਦੇ ਜਿਹਨਾਂ 'ਤੇ ਫਿਲਮ ਬਣੀ ਹੈ, ਬੋਲੀਵੁੱਡ ਫਿਲਮ, ਅਤੇ ਪਰ ਕਹਾਣੀ ਸਾਡੀ, ਪਲੀਜ਼ ਦੇਖ ਕੇ ਸਪੋਰਟ ਕਰਿਓ, ਵਧੀਆ ਫਿਲਮ। ਮੈਨੂੰ ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਕੇ, ਬਹੁਤ ਮਜ਼ਾ ਆਇਆ, ਬਸ ਦੇਖਦੇ ਰਹੋ ਨਾਈਨ ਐਕਸਟ੍ਰੈਸ਼ਨ, ਟਸ਼ਨ ਯਾਰ।